ਪਾਠ ਜੰਤੂ ਅਤੇ ਝੁੰਡ ਬੱਚਿਓ ਹੁਣ ਤੱਕ ਤੁਸੀਂ ਪਾਠ ਵਿੱਚ ਪੜਿਆ ਕਿ ਗਿੰਨੀ ਨਾਮ ਦੀ तितਲੀ ਆਪਣੀ ਮੰਮੀ ਨਾਲ ਜੰਗਲ ਵਿੱਚ ਸੈਰ ਕਰਨ ਗਈ ਉੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਮਧੂਮੱਖੀਆਂ ਦਾ ਛੱਤਾ ਵੇਖਿਆ ਅਤੇ ਫਿਰ ਕੋੜੀਆਂ ਦਾ ਝੁੰਡ ਵੇਖਿਆ ਆਓ ਅੱਗੇ ਪੜ੍ਹਦੇ ਹਾਂ ਕਿ ਉਹਨਾਂ ਨੇ ਜੰਗਲ ਵਿੱਚ ਹੋਰ ਕੀ ਕੀ ਵੇਖਿਆ ਗਿੰਨੀ ਨੇ ਦੂਸਰੇ ਪਾਸੇ ਇਸ਼ਾਰਾ ਕਰਦਿਆਂ ਕਿਹਾ ਮੰਮੀ ਉਹ ਦੇਖੋ ਕਿਹੋ ਜਿਹੇ ਕੋੜੇ ਉਸਦੀ ਮਾਂ ਨੇ ਕਿਹਾ ਨਹੀਂ ਪੁੱਤਰ ਇਹ ਕੋੜੇ ਨਹੀਂ ਕਾਲੇ ਹਿਰਨ ਹਨ ਇਹ ਵੀ ਝੁੰਡ ਵਿੱਚ ਰਹਿੰਦੇ ਹਨ ਇਹ ਹੁਣ ਬਹੁਤ ਥੋੜੇ ਰਹਿ ਗਏ ਹਨ ਇਸ ਦਾ ਕਾਰਨ ਸ਼ਿਕਾਰੀਆਂ ਦੁਆਰਾ ਇਹਨਾਂ ਦਾ ਸ਼ਿਕਾਰ অতি ਪੋਜਨ ਦੀ ਕਾਟ ਹੈ ਬੱਚਿਓ ਕੀ ਤੁਸੀਂ ਜਾਣਦੇ ਹੋ ਕਿ ਕਾਲਾ ਹਿਰਨ ਪੰਜਾਬ ਦਾ ਰਾਜ ਪਸ਼ੂ ਹੈ ਬੱਚੋ ਨਾ ਕੇਵਲ ਕਾਲਾ ਹਿਰਨ ਸਗੋਂ ਏਸ਼ੀਆਈ ਸ਼ੇਰ ਬੰਗਾਲ ਟਾਈਗਰ ਬਰਫੀਲਾ ਤਿੰਦੂਆ ਅਤੇ ਨੀਲਗਿਰੀ ਤਾਹ ਰਾਜ ਜੰਤੂਆਂ ਦੀ ਗਿਣਤੀ ਵੀ ਘਟ ਹੋ ਰਹੀ ਹੈ ਇਸ ਦਾ ਕਾਰਨ ਇਹਨਾਂ ਦਾ ਅਨਿਵਾਹ ਸ਼ਿਕਾਰ ਕਰਨਾ ਜੰਗਲਾਂ ਦਾ ਵਿਨਾਸ਼ ਅਤੇ ਪੋਜਨ ਦੀ ਕਮੀ ਹੈ ਆਓ ਅੱਗੇ ਪੜ੍ਹਦੇ ਹਾਂ ਹਾਥੀ ਵੀ ਇੱਕ ਅਜੀਹਾ ਜਾਨਵਰ ਹੈ ਜਿਹੜਾ ਝੁੰਡ ਬਣਾ ਕੇ ਰਹਿੰਦਾ ਹੈ ਘੋੜੇ ਵਾਂਗ ਇਸ ਦੀ ਵੀ ਮਨੁੱਖ ਨਾਲ ਸਾਂਝ ਬਹੁਤ ਪੁਰਾਣੀ ਹੈ ਪੁਰਾਣੇ ਸਮਯਾਵਿਤ ਸਵਾਰੀ ਕਰਨ ਲਈ ਘੋੜਾ ਅਤੇ ਹਾਥੀ ਮਨੁੱਖ ਦੀ ਪਹਿਲੀ ਪਸੰਦ ਸਨ ਬੱਚਿਓ ਮੈਨੂੰ ਲੱਗਦਾ ਹੈ ਕਿ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਬੱਚਿਆਂ ਨੇ ਹਾਥੀ ਜਾਂ ਕੋੜੇ ਦੀ ਸਵਾਰੀ ਕੀਤੀ ਹੋਵੇਗੀ ਬਹੁਤ ਸਾਰੇ ਰਾਜੇ ਮਹਾਰਾਜੇ ਹਾਥੀ ਅਤੇ ਕੋੜੇ ਬੜੇ ਸ਼ੌਂਕ ਨਾਲ ਪਾਲਦੇ ਸਨ ਇਹ ਜੰਗ ਜਾਂ ਜੁਦ ਵਿੱਚ ਉਹਨਾਂ ਦੇ ਸਹਾਈ ਹੁੰਦੇ ਸਨ ਊਂਠ ਵੀ ਝੁੰਡ ਵਿੱਚ ਰਹਿਣਾ ਪਸੰਦ ਕਰਦਾ ਹੈ ਪ੍ਰਸ਼ਨ ਨੰਬਰ 1 ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ਬੱਚਿਓ ਮੈਂ ਤੁਹਾਨੂੰ ਪਾਠ ਵਿੱਚ ਵੀ ਦੱਸਿਆ ਸੀ ਯਾਦ ਹੈ ਤੁਹਾਨੂੰ ਵੈਰੀ ਗੁੱਡ ਕਾਲਾ ਹਿਰਨ ਪੰਜਾਬ ਦਾ ਰਾਜ ਪਸ਼ੂ ਕਾਲਾ ਹਿਰਨ ਹੈ ਪ੍ਰਸ਼ਨ ਨੰਬਰ 2 ਜੰਗਲੀ ਜੀਵਾਂ ਦੀ ਗਿਣਤੀ ਘਟ ਹੋਣ ਦੇ ਕੀ ਕਾਰਨ ਹਨ ਬੱਚਿਓ ਇਸ ਬਾਰੇ ਤਾਂ ਤੁਸੀਂ ਪਾਠ ਵਿੱਚ ਵੀ ਪੜ੍ਹ ਹੀ ਲਿਆ ਹੈ ਜੀ ਹਾਂ ਨੰਬਰ 1 ਸ਼ਿਕਾਰੀਆਂ ਦੁਆਰਾ ਸ਼ਿਕਾਰ ਹੋਣਾ ਬੱਚੋ ਜਦੋਂ ਸ਼ਿਕਾਰੀ ਇਹਨਾਂ ਨੂੰ ਮਾਰ ਦਿੰਦੇ ਹਨ ਤਾਂ ਇਹਨਾਂ ਦੀ ਗਿਣਤੀ ਘਟ ਹੋ ਜਾਂਦੀ ਹੈ ਨੰਬਰ 2 ਭੋਜਨ ਦੀ ਘਾਟ ਬੱਚੋ ਜਦੋਂ ਇਹਨਾਂ ਜੰਗਲੀ ਜਾਨਵਰਾਂ ਨੂੰ ਖਾਣ ਪੀਣ ਲਈ ਲੋੜਿੰਦੀ ਸਮਗਰੀ ਨਹੀਂ ਮਿਲਦੀ ਤਾਂ ਵੀ ਇਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਗਿਣਤੀ ਘਟ ਹੋ ਜਾਂਦੀ ਹੈ ਨੰਬਰ 3 ਨਿਵਾਸ ਥਾਨ ਨਸ਼ਟ ਹੋਣਾ ਬੱਚਿਓ ਜੰਗਲਾਂ ਦੀ ਕਟਾਈ ਜਾਂ ਚਾਰਾਗਾਹਾਂ ਦੀ ਕਮੀ ਹੋਣ ਕਾਰਨ ਵੀ ਇਹਨਾਂ ਦੇ ਨਿਵਾਸ ਥਾਨ ਨਸ਼ਟ ਹੋ ਜਾਂਦੇ ਹਨ ਘਰ ਦਾ ਕੰਮ ਬੱਚਿਓ ਤੁਸੀਂ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਸੋਹਣਾ ਸੋਹਣਾ ਕਰਕੇ ਆਪਣੀ ਕਾਪੀ ਉੱਤੇ ਲਿਖਣਾ ਹੈ ਅਤੇ ਯਾਦ ਕਰਕੇ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸੁਣਾਉਣਾ ਹੈ